ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਾਰ-ਵਾਰ ਗੱਲ ਹੋ ਰਹੀ ਹੈ ਪਰ ਉਹ ਕਿਸੇ ਸੈਟੀਸਫਾਈਡ ਨਤੀਜੇ ਤੇ ਪਹੁੰਚ ਨਹੀਂ ਰਹੇ ਸਰਕਾਰ ਦੇ ਨਾਲ ਵਾਰ-ਵਾਰ ਇਹ ਗੱਲਬਾਤ ਜਿਹੜੀ ਜਾਰੀ ਹੋਣ ਤੋਂ ਬਾਅਦ ਚੱਲਣ ਤੋਂ ਬਾਅਦ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਬਿਲਕੁਲ ਜਿਹੜਾ ਆ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨ ਬਿਲਕੁਲ ਦੱਬਣਗੇ ਨਹੀਂ ਔਰ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਗੁਰਦਾਸਪੁਰ ਆ ਰਿਹਾ ਉਸ ਪਾਸੇ ਨੂੰ ਜੇ 5 7 10 15 ਮਿੰਟ ਦੇ ਵਿੱਚ ਕੋਈ ਫੈਸਲਾ ਨਹੀਂ ਆਉਂਦਾ ਤਾਂ ਉਧਰ ਨੂੰ ਕੂਚ ਕਰਨਗੇ ਉਹ ਇਹ ਸਾਡਾ ਅਟਲ ਫੈਸਲਾ ਮੁੱਖ ਮੰਗਾਂ ਜੀ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਵਾਅਦਾ ਕੀਤਾ ਕਿ ਰੇਟ 400 ਪਲੱਸ ਹੋਵੇਗਾ ਉਹ ਪੂਰਾ ਕਰੇ
ਗੰਨਾ ਜਿਹੜਾ ਉਹਦਾ ਮੁਆਵਜ਼ਾ ਜਿਹੜਾ 50,000 ਰੁਪਏ ਪਰ ਕੁਇੰਟਲ ਜਿਹੜਾ 50,000 ਰੁਪਏ ਪਰ ਕਿੱਲਾ ਉਹ ਲੋਕਾਂ ਨੂੰ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਬਿਮਾਰੀ ਨਾਲ 238 ਵਰਾਇਟੀ ਤੇ ਜਿਹੜਾ ਗੰਨਾ ਹੜਾਂ ਨਾਲ ਮਰਿਆ ਉਹਦੇ ਤੇ ਮੁਆਵਜ਼ੇ ਦੀ ਲੋੜ ਹੈ। ਔਰ ਤੀਸਰੀ ਗੱਲ ਇਹ ਜਿਹੜੀ ਹੈ ਕਿ ਜਿਹੜਾ ਇਹਨਾਂ ਨੇ 1 ਮਹੀਨਾ ਮਿਲਾਂ ਲੇਟ ਕੀਤੀਆਂ ਉਹਨਾਂ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਵੇ। ਅਗਲੀ ਰੂਪਰੇਖਾ ਕੀ ਹੈ? ਅਗਲੀ ਰੂਪਰੇਖਾ ਜੀ 10 15 20 ਮਿੰਟ ਤੋਂ ਬਾਅਦ ਜੇ ਸਰਕਾਰ ਸਾਨੂੰ ਕੋਈ ਸਹੀ ਫੈਸਲਾ ਨਹੀਂ ਕਰਦੀ ਤੇ ਅਸੀਂ ਗੁਰਦਾਸਪੁਰ ਚ ਵੀ ਸਾਡੇ ਤਿਆਰ ਹੈ, ਜਿੰਨੇ ਵੀ ਸਾਡੇ ਜਥੇਬੰਦੀਆਂ ਦਾ ਕੇਡਰ ਹੈ ਤੇ ਇੱਥੋਂ ਵੀ ਅਸੀਂ ਜਿੰਨੇ ਜਾ ਸਕਾਂਗੇ ਇਹ ਵੀ ਧਰਨਾ ਜਾਰੀ ਰਹੇਗਾ, ਇੱਥੋਂ ਕੂਚ ਕਰਕੇ ਗੁਰਦਾਸਪੁਰ ਵੱਲ ਨੂੰ ਤੁਰਾਂਗੇ।